ਜਿੱਥੇ ਦੇਸ਼ ਭਰ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬੀ ਆਰ ਅੰਬੇਡਕਰ ਜੀ ਦਾ 131ਵਾਂ ਜਨਮ ਦਿਨ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਫਗਵਾੜਾ ਹਰਗੋਬਿੰਦ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਨੇਤਾ ਜੋਗਿੰਦਰ ਸਿੰਘ ਮਾਨ ਨੇ ਸਮੁੱਚੀ ਲੀਡਰਸ਼ਿਪ ਦੇ ਨਾਲ ਬੀ ਆਰ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਨੇਤਾ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਜਿਸ ਸਮਾਜ ਦੇ ਨਾਲ ਆਪ ਸੰਬੰਧਿਤ ਸਨ ਉਸ ਸਮਾਜ ਨੂੰ ਉੱਪਰ ਤੱਕ ਲਿਆਉਣ ਲਈ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਏ ਨੇ ਅਤੇ ਦੱਬੇ ਕੁਚਲੇ ਲੋਕਾਂ ਲਈ ਮਸੀਹਾ ਬਣ ਕੇ ਉਭਰੇ। ਸੰਸਾਰ ਭਰ ਦੇ ਦਬਲੇ ਕੁਚਲੇ ਲੋਕ ਮਨੁੱਖਾਂ ਦੁਆਰਾ ਮਨੁੱਖਾਂ ਉੱਤੇ ਕੀਤੇ ਗਏ ਸ਼ੁੱਧ ਦੇ ਨਿਰਮਾਣ ਦੇ ਇਸ ਪਾਪ ਨੂੰ ਧੋਣ ਵਾਲੇ ਇਸ ਵਿਰੁੱਧ ਲੜਾਈ ਲੜਨ ਵਾਲੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਬਾਬਾ ਸਾਹਿਬ 1891 ਦੇ ਵਿੱਚ ਮੱਧ ਪ੍ਰਦੇਸ਼ ਮਹੂਸ਼ੌਣੀ ਵਿਖੇ ਪੈਦਾ ਹੋਏ। ਸੂਬੇਦਾਰ ਰਾਮ ਜੀ ਉਹਨਾਂ ਦੇ ਫਾਦਰ ਸਨ। ਜਿਸ ਮਾਹੌਲ ਵਿੱਚ ਜਿਸ ਸਮੇਂ 'ਚ ਪੈਦਾ ਹੋਏ ਉਸ ਵੇਲੇ ਮਨੁੱਖਾਂ ਦਾ ਮਨੁੱਖਾਂ ਪ੍ਰਤੀ ਬਹੁਤ ਰਵੱਈਆ ਸਖਤ ਸੀ। ਇੱਕ ਦੂਜੇ ਨਾਲ ਘਿਰਨਾ, ਇੰਨੀ ਘਿਰਨਾ ਕਿ ਦੂਜਿਆਂ ਨੂੰ ਬਰਦਾਸ਼ਤ ਕਰਨਾ, ਇਹ ਸਾਰੀਆਂ ਠੋਕਰਾਂ ਬਾਬਾ ਸਾਹਿਬ ਨੇ ਖਾ ਕੇ ਇੱਕ ਲੋਹ ਪੁਰਸ਼ ਦੀ ਤਰ੍ਹਾਂ ਉਹਨਾਂ ਨੇ ਆਪਣੇ ਛਾਤੀ ਉੱਤੇ ਆਪਣੇ ਸਰੀਰ ਉੱਤੇ ਔਰ ਆਪਣੀਆਂ ਭਾਵਨਾਵਾਂ ਨੂੰ ਕਿਲ ਕਰਕੇ ਆਪਣੇ ਆਪ ਅੱਗੇ ਤੋੜਦੇ ਗਏ ਔਰ ਉਹਨਾਂ ਨੇ ਉਸ ਵੇਲੇ ਦੇ ਸਮੇਂ ਦੇ ਵਿੱਚ ਸਭ ਤੋਂ ਉੱਚ ਐਜੂਕੇਸ਼ਨ ਪ੍ਰਾਪਤ ਕੀਤੀ। ਬਾਬਾ ਸਾਹਿਬ ਇਸਤਰੀ ਜਾਤੀ ਦੱਬੇ ਹੋਏ ਕੁਛ ਲੋਕ ਜਿਸ ਸਮਾਜ ਵਿੱਚ ਬਾਬਾ ਸਾਹਿਬ ਆਪ ਸਨ ਉਸ ਸਮਾਜ ਨੂੰ ਪ੍ਰਚਾਰ ਕਰਨ ਵਾਸਤੇ ਉਹਨਾਂ ਨੇ ਦੁਨੀਆ ਦਾ ਪ੍ਰਬੰਧ ਕੀਤਾ ਔਰ ਆਪਣੇ ਮਿਸ਼ਨ 'ਚ ਕਾਮਯਾਬ ਹੋਏ। ਭਾਰਤ ਦੀ ਆਜ਼ਾਦੀ ਤੋਂ ਬਾਅਦ ਕੁਛ ਲੋਕ ਉਹਨਾਂ ਨੂੰ ਕੁਛ ਲੀਡਰਸ ਸੁਪਰੀਮ ਕੋਰਟ ਦਾ ਜੱਜ ਬਣਾਉਣਾ ਚਾਹੁੰਦੇ ਸਨ, ਪਰ ਬਾਬਾ ਸਾਹਿਬ ਨੇ ਇਸ ਦੀਆਂ ਸਾਰੀਆਂ ਗੱਲਾਂ ਨੂੰ ਠਕਰਾਉਂਦੇ ਹੋਏ ਉਹਨਾਂ ਨੇ ਆਪਣੇ ਸਮਾਜ ਦਾ ਭਲਾ ਕਰਨ ਵਾਸਤੇ ਬਹੁਤ ਲੜਾਈਆਂ, ਬਹੁਤ ਸੰਘਰਸ਼, ਬੜੇ ਤਸ਼ੱਦਰ ਉਹਨਾਂ ਨੇ ਆਪਣੇ ਉੱਤੇ ਬਰਦਾਸ਼ਤ ਕੀਤੇ, ਲੇਕਿਨ ਉਹ ਆਪਣੇ ਮੰਜ਼ਿਲ ਤੋਂ ਪਿੱਛੇ ਨਹੀਂ ਹਟੇ। ਪੰਜਾਬ ਸਰਕਾਰ ਵੱਲੋਂ ਦੋ ਉਹ ਭਾਰਤ ਦੇ ਆਜ਼ਾਦੀ ਦੇ ਰਖਵਾਲੇ ਜਿਨ੍ਹਾਂ ਨੇ ਬਾਬਾ ਸਾਹਿਬ ਔਰ ਦੇਸ਼ ਭਗਤ ਸਾਹਿਬ ਸ਼ਹੀਦ ਭਗਤ ਸਿੰਘ ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋਏ ਦਫ਼ਤਰਾਂ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਔਰ ਸ਼ਹੀਦ ਭਗਤ ਸਿੰਘ ਦੀਆਂ ਫੋਟੋ ਲਾ ਕੇ ਇਸ ਦੇਸ਼ ਨੂੰ ਸੁਨੇਹਾਨੀ ਕਰਨਾ। ਇਹ ਦੇਸ਼ ਦੇ ਅਸਰੀਏ ਨੇ ਸ਼ਹੀਦ ਭਗਤ ਸਿੰਘ ਆਪਣੇ ਇਰਾਦੇ ਦੇ ਦ੍ਰਿੜ ਨਿਸ਼ਚੇ ਵਾਲੇ ਸਨ ਔਰ ਉਹਨਾਂ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਅਸੀਂ ਭਾਰਤ ਵਿੱਚ ਇਨਕਲਾਬ ਪੈਦਾ ਹੋਵਾਂਗੇ ਔਰ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਮੁਲਕਾਂ ਦੀ ਆਜ਼ਾਦੀ ਤੋਂ ਪ੍ਰਭਾਵਿਤ ਹੋ ਕੇ ਉਹ ਹਿੰਦੁਸਤਾਨ 'ਚ ਇੱਕ ਬਹੁਤ ਵੱਡੀ ਤਬਦੀਲੀ ਲੈ ਕੇ ਆਉਂਦਾ ਸਨ। ਉਸ ਲਈ ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ, ਫਾਂਸੀ ਉੱਤੇ ਚੜੇ ਚੜੇ। ਇਸ ਤਰ੍ਹਾਂ ਹੀ ਬਾਬਾ ਸਾਹਿਬ ਨੇ ਆਪਣੇ ਆਪਣਾ ਸਮਾਜ, ਆਪਣੀ ਕੌਮ, ਆਪਣੇ ਦੇਸ਼ ਵਾਸਤੇ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਬਣ ਕੇ ਦਿੱਤੇ। ਮੈਂ ਅੱਜ ਉਹਨਾਂ ਦੇ ਜਨਮ ਦਿਨ ਦੀ ਤੁਹਾਨੂੰ ਵਧਾਈ ਦੇਣਾ। ਆਓ ਸੰਕਲਪ ਕਰੀਏ, ਇੱਕ ਇਸ ਤਰ੍ਹਾਂ ਦਾ ਆਪਣੇ ਮਨ 'ਚ ਪਲਚ ਖਾਈਏ, ਕਸਮ ਖਾਈਏ, ਅਸੀਂ ਆਪਣੇ ਦੇਸ਼ ਲਈ, ਆਪਣੇ ਸਮਾਜ ਲਈ ਦੱਬੇ ਹੋਏ ਕੁਚਲੇ ਲੋਕਾਂ ਦੇ ਹਮੇਸ਼ਾ ਅੱਗੇ ਹੋ ਕੇ ਚੱਲਾਂਗੇ। ਸ਼ਹੀਦ ਭਗਤ ਸਿੰਘ ਨੂੰ ਪ੍ਰਣਾਮ ਕਰੀਏ, ਜਿਹਨਾਂ ਦੇਸ਼ ਨੂੰ ਆਜ਼ਾਦੀ ਕਰਨ ਵਾਸਤੇ ਆਪਣਾ ਪ੍ਰਾਣ ਸਭ ਕੁਛ ਲਟਾ ਦਿੱਤਾ। ਦੋਨੋਂ ਮਹਾਨ ਸ਼ਖਸੀਅਤਾਂ ਹਿੰਦੁਸਤਾਨ ਦੇ, ਦੋਨੋਂ ਲੋਕ ਪੁਰਸ਼ਾਂ ਮੈਂ ਨਮਨ ਕਰਦਾ। ਬਹੁਤ ਬਹੁਤ ਧੰਨਵਾਦ। ਫਗਵਾੜਾ ਤੋਂ ਜਸ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।